ਹਾਂਜੀ ਦੋਸਤੋ, ਜੇਕਰ ਅੱਜ ਆਪਾਂ ਗੱਲ ਕਰੀਏ 11-21 ਬਾਸਮਤੀ ਦੇ ਰੇਟਾਂ ਦੀ, ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਅਤੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦੱਬਿਓ। ਦੋਸਤੋ, ਅੱਜ ਆਪਾਂ ਗੱਲ ਕਰਦੇ ਹਾਂ 11-21 ਬਾਸਮਤੀ ਦੇ ਰੇਟਾਂ ਦੀ। ਅੱਜ ਤਰੀਕ ਹੈ 18 ਨਵੰਬਰ, ਜੋ ਕਿ ਅੱਜ ਦੇ ਰੇਟਾਂ ਦੇ, ਜੋ ਵੱਖ ਵੱਖ ਮੰਡੀਆਂ ਵਿੱਚ ਹੁਣ ਤੱਕ ਜੋ ਵੀ ਰੇਟ ਲੱਗੇ ਹਨ ਅੱਜ ਅਤੇ ਕੱਲ੍ਹ ਦੇ, ਉਹਦੇ ਵੀ ਦੱਸਾਂਗੇ ਤੁਹਾਨੂੰ, ਜੋ ਕਿ 11-21 ਬਾਸਮਤੀ ਦੇ ਰੇਟ ਹਨ ਤਕਰੀਬਨ 2500 ਤੋਂ ਲੈ ਕੇ 3000 ਦੇ ਵਿਚਕਾਰ ਤੱਕ ਬਣੇ ਹੋਏ ਹਨ। ਜਿਵੇਂ ਕਿ ਅੱਜ ਲੋਕਲ ਮੰਡੀਆਂ ਵਿੱਚ ਤਕਰੀਬਨ, ਜਿਹੜੀਆਂ ਕਿ ਸ਼ਹਿਰਾਂ ਤੋਂ ਬਾਹਰ ਛੋਟੀਆਂ ਹਨ, ਉਹਨਾਂ ਤੋਂ ਤਕਰੀਬਨ 2500 ਤੋਂ 2800 ਦੇ ਵਿਚਕਾਰ ਰੇਟ ਦੱਸਿਆ ਜਾ ਰਿਹਾ ਹੈ, ਵੱਖ ਵੱਖ ਢੇਰੀਆਂ ਲੱਗਾ। ਇਸੇ ਤਰ੍ਹਾਂ ਹੀ ਫਗਵਾੜੇ ਮੰਡੀ ਵਿੱਚ ਸਭ ਤੋਂ ਵੱਧ 2850 ਰੁਪਈਏ, ਅਤੇ ਇੱਧਰ ਤਰਨ ਤਰਨ ਸਾਈਡ ਏਰੀਏ ਵਿੱਚ ਅੱਜ ਦਾ 2950 ਰੁਪਈਏ ਸਭ ਤੋਂ ਜ਼ਿਆਦਾ ਰੇਟ ਦੱਸਿਆ ਜਾ ਰਿਹਾ ਹੈ। ਇਸ ਤਰ੍ਹਾਂ ਹੀ ਵੱਖ ਵੱਖ ਏਰੀਆ ਵਿੱਚ, ਜਿਵੇਂ ਕਿ ਵੱਖ ਵੱਖ ਮੰਡੀਆਂ ਇੱਧਰ ਮਾਝੇ ਅਤੇ ਦੁਆਬੇ ਵਾਲੀਆਂ, ਇਹ ਮਾਲਵੇ ਵਾਲੀਆਂ ਮੰਡੀਆਂ ਵਿੱਚ ਵੀ ਤਕਰੀਬਨ ਰੇਟ 2600 ਤੋਂ ਲੈ ਕੇ 2900 ਦੇ ਵਿਚਕਾਰ ਤੱਕ ਹੁਣ ਤੱਕ ਦੱਸੇ ਜਾ ਰਹੇ ਹਨ, ਜੋ ਕਿ ਵੱਖ ਵੱਖ ਢੇਰੀਆਂ ਦੇ ਅਨੁਸਾਰ ਵੱਖ ਵੱਖ ਲੱਗੇ ਹਨ, ਜੋ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਤਕਰੀਬਨ ਇੰਨਾ ਹੀ ਰੇਟ ਬਣੇ ਰਹਿਣ ਦੀ ਸੰਭਾਵਨਾ ਹੈ। ਅਤੇ 1509 ਦਾ ਰੇਟ ਤਕਰੀਬਨ 2200 ਤੋਂ ਲੈ ਕੇ 2600 ਦੇ ਵਿਚਕਾਰ ਤੱਕ ਦੱਸਿਆ ਜਾ ਰਿਹਾ ਹਨ, ਕਿਉਂਕਿ 1509 ਦੀ ਆਮਦ ਘੱਟ ਗਈ ਹੈ ਅਤੇ ਤਕਰੀਬਨ ਰੇਟ ਉਨਾ ਕੁ ਹੀ ਬਣਿਆ ਹੋਇਆ ਹੈ, ਜੋ ਕਿ 1509 ਦੀਆਂ ਹੁਣ ਘੱਟ ਹੀ ਢੇਰੀਆਂ ਆ ਰਹੀਆਂ ਹਨ, ਜੋ ਕਿ ਇਸਦਾ ਵੱਧ ਰੇਟ ਅੱਜ 2600 ਦੱਸਿਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ 11-21 ਦਾ ਸਭ ਤੋਂ ਵੱਧ ਰੇਟ ਜੋ ਦੱਸਿਆ ਜਾ ਰਿਹਾ ਹੈ ਅੱਜ 2950 ਰੁਪਈਏ ਦੱਸਿਆ ਜਾ ਰਿਹਾ ਹੈ, ਜੋ ਕਿ ਆਉਣ ਵਾਲੇ ਦਿਨਾਂ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਹਲਚਲ ਹੋਈ ਤਾਂ ਜ਼ਰੂਰ ਤੁਹਾਨੂੰ ਦੱਸਿਆ ਜਾਵੇਗਾ। ਧੰਨਵਾਦ। ਹਾਂਜੀ ਦੋਸਤੋ, ਜੇਕਰ ਅੱਜ ਆਪਾਂ ਗੱਲ ਕਰੀਏ 11-21 ਬਾਸਮਤੀ ਦੇ ਰੇਟਾਂ ਦੀ, ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਅਤੇ ਨਾਲ ਘੰਟੀ